ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਦੇਰ ਸ਼ਾਮ ਫਤਿਹਗੜ੍ਹ ਚੂੜੀਆਂ ਦੇ ਪੁਰਾਣੇ ਬੱਸ ਸਟੈਂਡ ਦੇ 3-4 ਅਣਪਛਾਤੇ ਨੌਜਵਾਨਾਂ ਵੱਲੋਂ ਸ਼ਰੇਆਮ ਤੇਜ਼ ਧਾਰ ਹਥਿਆਰਾਂ ਦੇ ਨਾਲ 45 ਸਾਲਾ ਔਰਤ ਨੂੰ ਬਾਜ਼ਾਰ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਅਤੇ ਉਹ ਮੌਕੇ ਉੱਤੋਂ ਫਰਾਰ ਹੋ ਗਏ। ਜ਼ਖਮੀ ਹੋਈ ਔਰਤ ਨੂੰ ਫਤਿਹਗੜ੍ਹ ਚੂੜੀਆਂ ਦੇ ਖਾਲਸਾ ਕੇਅਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ। ਜ਼ਖਮੀ ਔਰਤ ਦੀ ਪਹਿਚਾਣ ਗੁਰਪ੍ਰੀਤ ਕੌਰ, ਉਮਰ 45 ਸਾਲ, ਫਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ ਅਤੇ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਖਮੀ ਗੁਰਪ੍ਰੀਤ ਕੌਰ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਫਤਿਹਗੜ੍ਹ ਚੂੜੀਆਂ ਦੇ ਪੁਰਾਣੇ ਬੱਸ ਸਟੈਂਡ ਤੇ ਦੁਕਾਨ ਤੇ ਕੰਮ ਕਰਦੀ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਤੋਂ ਸ਼ਾਮ 7 ਵਜੇ ਛੁੱਟੀ ਤੋਂ ਘਰ ਵਾਪਸ ਆ ਰਹੀ ਸੀ ਤਾਂ 3-4 ਅਣਪਛਾਤੇ ਨੌਜਵਾਨਾਂ ਵੱਲੋਂ ਉਸ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਸ ਦੇ ਭੈਣ ਦੇ 2 ਬੱਚੇ ਹਨ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਨ। ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਵਪ੍ਰੀਤ ਸਿੰਘ, ਖੁਸ਼ੀਪੁਰ ਦੀ ਰਿਪੋਰਟ। ਮੇਰੇ ਸਿਸਟਰ ਲੱਗਦੇ ਸੀ 45 ਸਾਲ ਦੀ ਉਮਰ ਹੀ, ਮਤਲਬ ਕਿ ਇੱਥੋਂ ਮਤਲਬ ਕਿ ਸ਼ੋਪ ਤੋਂ ਮਤਲਬ ਕਿ ਘਰ ਜਾਣ ਡੇ ਸੀ ਕੰਮ ਤੋਂ, ਸਬਜ਼ੀ ਹੱਥ ਵਿੱਚ ਫੜੀ ਹੋਈ ਸੀ ਅਤੇ ਮਗਰੋਂ ਮਤਲਬ ਕਿ ਵਾਰਦਾਤਾਂ ਮਤਲਬ ਕਿ ਕੀਤੀ ਗਈ ਆ ਅਤੇ ਉਹਨਾਂ ਦੇ ਮਤਲਬ ਕਿ ਸਿਰ 'ਚ ਮਤਲਬ ਵੀ ਹਥਿਆਰ ਵੱਜੇ ਆ ਅਤੇ ਉਂਗਲਾਂ ਕੱਟੀਆਂ ਗਈਆਂ, ਬਹੁਤ ਮਤਲਬ ਵੀ ਜ਼ਖਮੀ ਹਾਂਜੀ ਹਾਲਤ ਦੇ ਵਿੱਚ ਅਤੇ ਮਤਲਬ ਕਿ ਸੀਰੀਅਸ ਜ਼ਿਆਦਾ ਆ। ਇਹ ਕੰਮ ਤੋਂ ਫਤਿਹਗੜ੍ਹ ਚੂੜੀਆਂ 'ਤੇ ਮਤਲਬ ਜਾਣ ਡੇ ਸੀ, ਦੁਕਾਨ 'ਤੇ ਕੰਮ ਕਰਦੇ ਸੀ ਹਾਂਜੀ। ਹਾਂ, ਨਹੀਂ ਕੋਈ ਸਾਡੀ ਪੁਰਾਣੀ ਨੀ ਹੈਗੀ, ਕੋਈ ਨੀ ਹੈਗੀ, ਕੋਈ ਕਿਸੇ ਦੀ ਨੀ ਦਰਜਸ ਹੈਗੀ, ਕਿਸੇ ਦੀ ਨੀ। 45 ਸਾਲ ਉਮਰ ਆ ਉਹਨਾਂ ਦੀ, ਗੁਰਪ੍ਰੀਤ ਕੌਰ ਆ, ਸੁਖਦੇਵ ਸਿੰਘ ਦੀ, ਰਣਜੀਤ ਸਿੰਘ ਦੀ ਪਤਨੀ ਆ, ਸੁਖਦੇਵ ਸਿੰਘ ਉਹਨਾਂ ਦੇ ਫਾਦਰ ਸਾਹਿਬ ਨੇ। ਆਪਾਂ ਮੰਗ ਇਹੀ ਕਰਦੇ ਹਾਂ ਵੀ ਸਾਨੂੰ ਸਾਫ਼ ਦਿੱਤਾ ਜਾਵੇ ਜਿਹੜੀ ਵੀ ਮਤਲਬ ਕਿ ਗੱਲ ਹੈਗੀ ਆ, ਕੋਈ ਮਤਲਬ ਕਿ ਸਾਡਾ ਵਿਆਰ ਨਹੀਂ ਕਿਸੇ ਦੇ ਨਾਲ, ਕੋਈ ਦੁਸ਼ਮਣੀ ਨਹੀਂ ਸਾਡੀ, ਨਾ ਉਹਨਾਂ ਦੀ ਨਾ ਸਾਡੀ ਵੀ ਕਿਸੇ ਦੇ ਨਾਲ ਨਹੀਂ ਹੈਗੀ। ਹਾਂ, ਥਾਣੇ ਥੋੜ੍ਹੀ ਜਿਹੀ ਯਾਰ ਇਨਕੁਆਇਰੀ ਥੋੜ੍ਹੀ ਜਿਹੀ ਨਾਲ ਕੀਤੀ, ਮੈਂ ਲਿਖਵਾਇਆ ਸੀ ਉਹਨਾਂ ਨੂੰ ਅਤੇ ਬਾਕੀ ਉਹ ਸਾਨੂੰ ਪੁੱਛਦੇ ਸੀ, ਮੈਂ ਬਾਕੀ ਤੁਹਾਨੂੰ ਕੋਈ ਨਹੀਂ, ਤੁਹਾਨੂੰ ਸਵੇਰੇ ਮਤਲਬ ਹਾਂਜੀ ਹਾਂਜੀ ਸਿਸਟਰ ਜੀ ਹਾਂਜੀ ਅੰਬਰਸਰ ਦੇ ਵਿੱਚ ਉਹਨਾਂ ਨੂੰ ਖੜਿਆ, ਅਮਨਦੀਪ ਹੋਸਪਿਟਲ ਦੇ ਵਿੱਚ, ਬਹੁਤ ਮਤਲਬ ਜ਼ਖਮੀ ਹਾਲਤ ਦੇ ਵਿੱਚ ਨੇ ਹਾਂਜੀ, ਸੀਰੀਅਸ ਬਹੁਤ ਜ਼ਿਆਦਾ। ਉਹ ਤਾਂ ਲੜਕੀ ਲੈ ਕੇ ਆਏ ਸੀ ਸੀਰੀਅਸ ਹਾਲਤ ਦੇ ਵਿੱਚ ਇੱਥੇ ਅਤੇ ਸਾਡੇ ਕੋਲ, ਅਸੀਂ ਉਹਨੂੰ ਉਸੇ ਵੇਲੇ ਸਾਡੇ ਤੋਂ ਸੀਰੀਅਸ ਨੂੰ ਰੈਫਰ ਕਰਤਾ, ਐਂਬੂਲੈਂਸ ਲੈ ਕੇ ਚਲੇ ਗਏ ਅੰਮ੍ਰਿਤਸਰ ਨੂੰ। ਉਹਦੇ ਜ਼ਖਮ ਕੋਈ ਜ਼ਿਆਦਾ ਹੀ ਸੀਗੇ, ਹਾਲਤ ਸੀਰੀਅਸ ਸੀ ਉਹਦੇ, ਇੱਥੇ ਆਹ ਜਗ੍ਹਾ 'ਤੇ ਸੀਗੇ ਉਦਘਾਟਨ ਕੋਲ ਹਾਂਜੀ ਅੰਮ੍ਰਿਤਸਰ ਲਈ ਗਏ।